ਆਵਾਜ਼ ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ 'ਤੇ ਇੱਕ ਨਜ਼ਰ ਮਾਰਦੇ ਹਾਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈ ਜਾਣ ਵਾਲੀ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ। 10ਵੀਂ ਅਤੇ 12ਵੀਂ ਦੀਆਂ ਕੰਪਾਰਟਮੈਂਟ ਰੀਪੇਅਰ, ਵਾਧੂ ਵਿਸ਼ਾ, ਕਾਰਜਕਾਰੀ ਵਧਾਉਣ ਸੰਬੰਧੀ ਕੈਟਾਗਰੀ ਦੀਆਂ ਪ੍ਰੀਖਿਆਵਾਂ ਸੂਬੇ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਗਭਗ 1 ਮਹੀਨਾ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ 22 ਮਾਰਚ ਤੋਂ ਆਰੰਭ ਹੋਣ ਵਾਲੀ 12ਵੀਂ ਦੀ ਪ੍ਰੀਖਿਆ ਹੁਣ 20 ਅਪ੍ਰੈਲ 2021 ਤੋਂ 24 ਮਈ 2021 ਤੱਕ ਕਰਵਾਈ ਜਾਵੇਗੀ, ਜਦਕਿ 10ਵੀਂ ਦੀ ਪ੍ਰੀਖਿਆ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 4 ਮਈ 2021 ਤੋਂ 24 ਮਈ 2021 ਤੱਕ ਕਰਵਾਈਆਂ ਜਾਣਗੀਆਂ। ਕੰਟਰੋਲਰ ਪ੍ਰੀਖਿਆਵਾਂ ਅਨੁਸਾਰ 10ਵੀਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਅਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5:15 ਤੱਕ ਦਾ ਹੋਵੇਗਾ। ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ 'ਤੇ ਹੀ ਕਰਵਾਈਆਂ ਜਾਣਗੀਆਂ, ਜਿਨ੍ਹਾਂ ਦਾ ਐਲਾਨ ਰੋਲ ਨੰਬਰ ਜਾਰੀ ਕਰਨ ਵੇਲੇ ਕੀਤਾ ਜਾਵੇਗਾ। ਦਿੱਲੀ ਦੇ ਇੱਕ ਅਦਾਲਤ ਨੇ ਪੁਲਿਸ ਇੰਸਪੈਕਟਰ ਮੋਹਨਚੰਦ ਸ਼ਰਮਾ ਦੇ ਕਤਲ ਤੇ 2008 ਦੇ ਬਟਲਾ ਹਾਊਸ ਮੁਕਾਬਲੇ ਨਾਲ ਜੁੜੇ ਹੋਰ ਮਾਮਲਿਆਂ ਦੇ ਵਿੱਚ ਆਰਜ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਇਹ ਸਜ਼ਾ ਸੁਣਾਈ ਹੈ। ਸਾਕੇਤ ਅਦਾਲਤ ਨੇ ਇਸ ਨੂੰ ਰੀ ਅਰੈਸਟ ਆਫ ਰੇਅਰ ਕੇਸ ਮੰਨਿਆ ਹੈ। ਪੁਲਿਸ ਨੇ ਸੰਗਠਨ ਇੰਡੀਅਨ ਮੁਹਾਜਰੀਨ ਨਾਲ ਕਥਿਤ ਤੌਰ 'ਤੇ ਜੁੜੇ ਖਾਨ ਨੂੰ ਮੌਤ ਦੀ ਸਜ਼ਾ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਕਿਹਾ ਕਿ ਇਹ ਨਾ ਸਿਰਫ ਕਤਲ ਦਾ ਕੇਸ ਹੈ ਬਲਕਿ ਇਨਸਾਫ਼ ਦੀ ਰੱਖਿਆ ਕਰਨ ਵਾਲੇ ਇੱਕ ਕਾਨੂੰਨ ਨੂੰ ਲਾਗੂ ਕਰਨ ਵਾਲੇ ਅਧਿਕਾਰੀ ਦੀ ਹੱਤਿਆ ਦਾ ਕੇਸ ਹੈ। ਵੋਟਰਾਂ ਨੂੰ ਰਾਈਟ ਟੂ ਰਿਜੈਕਟ ਭਾਵ ਸਾਰੇ ਉਮੀਦਵਾਰਾਂ ਨੂੰ ਨਕਾਰਨ ਦਾ ਅਧਿਕਾਰ ਦੇਣ ਉੱਤੇ ਸੁਣਵਾਈ ਲਈ ਸੁਪਰੀਮ ਕੋਰਟ ਨੇ ਸਹਿਮਤੀ ਦੇ ਦਿੱਤੀ ਹੈ। ਅੱਜ ਅਦਾਲਤ ਨੇ ਇਸ ਬਾਰੇ ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਪਟੀਸ਼ਨ ਵਿੱਚ ਕਿਹਾ ਗਿਆ ਕਿ ਜੇ ਕਿਸੇ ਚੋਣ ਵਿੱਚ ਨੋਟਾਂ ਨੂੰ ਵੱਧ ਵੋਟਾਂ ਪੈਣ ਤਾਂ ਚੋਣ ਰੱਦ ਮੰਨੀ ਜਾਣੀ ਚਾਹੀਦੀ ਹੈ। ਉਸ ਸੀਟ ਉੱਤੇ ਨਵੇਂ ਸਿਰੇ ਤੋਂ ਚੋਣ ਹੋਣੀ ਚਾਹੀਦੀ ਹੈ। ਭਾਜਪਾ ਆਗੂ ਅਤੇ ਵਕੀਲ ਅਸ਼ਵਨੀ ਉਪਾਧਿਆਇ ਦੀ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ 1999 ਦੇ ਵਿੱਚ ਪਹਿਲੀ ਵਾਰ ਕਾਨੂੰਨ ਕਮਿਸ਼ਨ ਨੇ ਵੋਟਰਾਂ ਨੂੰ ਰਾਈਟ ਟੂ ਰਿਜੈਕਟ ਦੇਣ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਈ ਵਾਰ ਵੋਟਰਾਂ ਨੂੰ ਇਹ ਅਧਿਕਾਰ ਦੇਣ ਦੀ ਪੈਰਵਾਈ ਕੀਤੀ ਸੀ। ਇੱਥੋਂ ਤੱਕ ਕਿ ਖੁਦ ਸਰਕਾਰ ਵੱਲੋਂ ਚੋਣ ਸੁਧਾਰ ਉੱਤੇ ਗਠਿਤ ਇੱਕ ਕਮੇਟੀ ਨੇ 2010 ਵਿੱਚ ਨੋਟਾਂ 'ਤੇ ਰਾਈਟ ਟੂ ਰਿਜੈਕਟ ਦੀ ਵਿਵਸਥਾ ਕਰਨ ਦੇ ਹੱਕ ਵਿੱਚ ਰਿਪੋਰਟ ਦਿੱਤੀ ਸੀ, ਪਰ ਕੋਈ ਕਦਮ ਨਹੀਂ ਚੁੱਕਿਆ ਗਿਆ। ਪਟੀਸ਼ਨਰ ਵੱਲੋਂ ਸੀਨੀਅਰ ਵਕੀਲ ਮੇਨਕਾ ਗੁਰੂ ਸਵਾਮੀ ਨੇ ਅਦਾਲਤ ਨੂੰ ਦੱਸਿਆ ਕਿ 2013 ਵਿੱਚ ਸੁਪਰੀਮ ਕੋਰਟ ਨੇ ਵੋਟਰ ਨੂੰ ਇਹਨਾਂ ਵਿੱਚੋਂ ਕੋਈ ਵੀ ਨਾ ਭਾਵ ਨੋਟਾਂ ਦਾ ਬਟਨ ਦਬਾਉਣ ਦਾ ਅਧਿਕਾਰ ਦਿੱਤਾ। ਅਦਾਲਤ ਨੇ ਤਦ ਇਹ ਮੰਨਿਆ ਸੀ ਕਿ ਜਿਹੜੇ ਵੋਟਰ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਦੇ ਹੋਣ, ਵੋਟਿੰਗ ਲਈ ਨਹੀਂ ਆਉਂਦੇ ਹਨ, ਉਹਨਾਂ ਨੂੰ ਇਹ ਦੱਸਣ ਦਾ ਵਿਕਲਪ ਦਿੱਤਾ ਜਾਣਾ ਚਾਹੀਦਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨੋਟਾਂ ਦਾ ਵਿਕਲਪ ਤਾਂ ਲੋਕਾਂ ਨੂੰ ਦੇ ਦਿੱਤਾ ਗਿਆ, ਪਰ ਵਿਵਹਾਰਕ ਦੇ ਤੌਰ 'ਤੇ ਉਸ ਦੀ ਕੋਈ ਵੀ ਅਹਿਮੀਅਤ ਨਹੀਂ ਦਿੱਤੀ ਗਈ। ਅਜਿਹਾ ਇਸ ਲਈ ਕਿਉਂਕਿ ਇਸ ਦਾ ਚੋਣ ਨਤੀਜੇ ਉੱਤੇ ਕੋਈ ਵੀ ਅਸਰ ਨਹੀਂ ਪੈਂਦਾ। ਇੰਟਰਨੈਸ਼ਨਲ ਯੂਟਿਊਬਰ ਲੀਲੀ ਸਿੰਘ ਨੇ ਗ੍ਰੈਮੀ ਐਵਾਰਡ ਸਮਾਰੋਹ ਦੀ ਵਰਤੋਂ ਕਿਸਾਨ ਅੰਦੋਲਨ ਦੇ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਕੀਤੀ। ਲੀਲੀ ਸਿੰਘ ਗ੍ਰੈਮੀ ਐਵਾਰਡ ਸੈਰੇਮਨੀ ਵਿੱਚ ਮੈਂ ਕਿਸਾਨਾਂ ਦੇ ਨਾਲ ਹਾਂ ਵਾਲਾ ਕਾਲਾ ਰੰਗ ਦਾ ਮਾਸਕ ਪਹਿਨ ਕੇ ਪੁੱਜੇ ਹੋਏ ਸਨ। ਲੀਲੀ ਸਿੰਘ ਇਸ ਤੋਂ ਪਹਿਲਾਂ ਵੀ ਕਿਸਾਨਾਂ ਦਾ ਮੁੱਦਾ ਚੁੱਕਣ ਲਈ ਸੋਸ਼ਲ ਮੀਡੀਆ ਉੱਤੇ ਸਰਗਰਮ ਰਹੇ ਹਨ। ਉਹਨਾਂ ਕਈ ਵਾਰ ਟਵੀਟ ਵੀ ਕੀਤੇ ਨੇ। ਇਸੇ ਤਰ੍ਹਾਂ ਲੀਲੀ ਸਿੰਘ ਦਾ ਇਹ ਟਵੀਟ ਬਹੁਤ ਹੀ ਪੜਿਆ ਜਾ ਰਿਹਾ ਹੈ। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਹਾਰ ਮਿਲਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਬਿਗਲ ਵਜਾ ਦਿੱਤਾ। ਐਤਵਾਰ ਨੂੰ ਸੁਖਬੀਰ ਬਾਦਲ ਨੇ ਪੰਜਾਬ ਮੰਗ ਦਾ ਜਵਾਬ ਰੈਲੀ ਵਿੱਚ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਖੇਮਕਰਨ ਹਲਕੇ ਵਿੱਚ ਪੰਜਾਬ ਮੰਗ ਦਾ ਜਵਾਬ ਰੈਲੀ ਕੀਤੀ ਗਈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਬਟੋਹਾ ਨੂੰ ਉਮੀਦਵਾਰ ਵਜੋਂ ਐਲਾਨਿਆ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਈ ਵੱਡੇ ਐਲਾਨ ਵੀ ਕੀਤੇ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਕਿ 3 ਖੇਤੀ ਕਾਨੂੰਨ ਅਕਾਲੀ ਦਲ ਦੀ ਸਰਕਾਰ ਵਿੱਚ ਲਾਗੂ ਨਹੀਂ ਹੋਣਗੇ, ਅਕਾਲੀ ਸਰਕਾਰ ਬਣਨ ਤੇ ਕੈਪਟਨ ਸਰਕਾਰ ਵੱਲੋਂ ਬਣਾਏ ਐਕਟ ਰੱਦ ਕੀਤੇ ਜਾਣਗੇ, ਸਬਜ਼ੀਆਂ ਫਲਾਂ ਤੇ ਦੁੱਧ ਤੇ ਪੰਜਾਬ ਸਰਕਾਰ ਆਪਣੇ ਖਰਚੇ ਦੇ MSP ਦੇਵੇਗੀ, ਅਕਾਲੀ ਸਰਕਾਰ ਡੈਰੀ ਫਾਰਮਿੰਗ ਲਈ ਲੋਨ ਦੇਵੇਗੀ, ਅਕਾਲੀ ਸਰਕਾਰ ਬਣਨ ਤੇ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ, ਅਕਾਲੀ ਸਰਕਾਰ SC ਅਤੇ BC ਬੱਚਿਆਂ ਨੂੰ ਕਾਲਜ ਤੱਕ ਦੀ ਪੜ੍ਹਾਈ ਮੁਫਤ ਕਰੇਗੀ, ਲੋੜਵੰਦ ਕਿਸਾਨਾਂ ਨੂੰ ਟਿਊਬਵੈੱਲ ਤੇ ਕਨੈਕਸ਼ਨ ਦਿੱਤੇ ਜਾਣਗੇ, ਆੜ੍ਹਤੀਆਂ ਦਾ ਕਮਿਸ਼ਨ ਜੇ ਬੰਦ ਹੋਵੇਗਾ ਜਾਂ ਪੰਜਾਬ ਦੀ ਅਕਾਲੀ ਸਰਕਾਰ ਦੇਵੇਗੀ, ਝੂਠੇ ਪਰਚੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਜਾਵੇਗਾ। ਖੇਤੀ ਕਾਨੂੰਨਾਂ ਦੇ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਨੇ ਨਵਾਂ ਦਾਅ ਖੇਡਿਆ ਹੈ। ਅੱਜ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੈਂਕ ਦੇ ਨਿੱਜੀਕਰਨ ਖਿਲਾਫ ਹੜਤਾਲ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮਿਲ ਕੇ ਘੋਲ ਦਾ ਦਾਇਰਾ ਵਧਾਉਂਦੇ ਰੇਲਵੇ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ 15 ਮਾਰਚ ਨੂੰ ਨਿੱਜੀਕਰਨ ਅਤੇ ਮਹਿੰਗਾਈ ਦੇ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਂ SDMs ਅਤੇ ਡਿਪਟੀ ਕਮਿਸ਼ਨਰਾਂ ਨੂੰ ਟ੍ਰੇਡ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਮੰਗ ਪੱਤਰ ਸੌਂਪ ਰਹੀਆਂ ਨੇ।
वार्ड नंबर 30 तो लगातार तीसरी बार कौंसलर चुने गए मोहम्मद नजीर वालों एक प्रेस कॉन्फ्रेंस करके वार्ड निवासियों का धन्यवाद किया गया। उन्होंने इस मौके वार्ड नंबर 31 जिथों उन्होंने पत्नी जाहिदा परवीन ने चोन लड़ी सी 116 वोटों ने बहुत थोड़े फर्क के नाल हार गई सी दे वोटरों का धन्यवाद किया। नजीर ने इस मौके दसिया कि उन्होंने दोनों वार्डों के वोटर लिए हर समय तैयार रहेंगे, जो भी वह किसी काम की फोन करेंगे तो उन्होंने नाल खड़े होंगे। उन्होंने होर कहा कि वह दोनों वार्ड के विकासी कामों लिए नगर कौंसल दी मीटिंगों में वध चढ़ के लड़नगे और सारे जरूरी काम पास करवाएंगे। इस मौके उन्होंने अब्दुल गफार लाली और मुहम्मद सादिक भी मौजूद सन। आओ देखते हैं मलेरकोटला तो साढ़े साथी शाह जवारी की एक खास रिपोर्ट। हाँ जी, मैं वार्ड नंबर 30 मोहम्मद नजीर अहमद सी वार्ड नंबर 30 तो इलेक्शन लड़िया था और जितया। असी वार्ड नंबर 31 तो मेरी मिसिज जाहिदा परवीन लड़ी थी, उतों असी वीक रहे और ये वीक रहन दे कई सानू इबरत मिली ने। इस गल कई चिर तो असी शुक्रिया अदा बारे सोच रहे थे पर सानू निराशा थी वार्ड नंबर 31 तो। वो निराशा ये थी सानू कि असी कदे भी अज तक पूरे शहर दे विचों कोई भी आदमी साढ़े तक या लेडी कोई भी काम नू आया तो असी कदे भी उन्हों जवाब नहीं दिता, बगैर जुत्ती पाए वो काम नू तुरिया और सानू इस चीज़ की बड़ी निराशा हुई आ कि जेडे लोगों ने सानू वार्ड नंबर 31 दे विच नहीं वोटा पाइया। सानू इस गल का बड़ा दुख होया और इत्थे हाँ इत्थे तक था कि मैं कहना था कदे जिंदगी दे विच इह जे काम च ना ही तुरिया जावे तो वधिया, क्यों कि यार ये लोग इत्थे तक सोच जांदे ने कई बार अपनियां रिश्तेदारियां या होर लिहाजा, जबकि इलैक्शन दे विच नहीं सोचनियां चाहीदियां। ये उन्हां लोकां नूं ही काम समझाउणे चाहीदे ने जिहड़े लोग लोकां दे हित दे काम करन। हाँ फिर कुछ दोस्तां ने और भाइयां ने इकट्ठे होकर ये गल साने भी सोची कि हाँ फिर भी सानू फैट तो वध के लोगों ने वोट पाईआ। इस गल करके साडा अज भी सोच बना के असी कह रहे हैं लोगों नू वार्ड नंबर 31 दे वसनीकां नू कि कदे भी उन्हां नू साडे तक चाहे किते भी जाण दी या साडे तक काम कराउण दी चाहे किसी भी टाइम उन्हां नू लोड़ आ असी उन्हां दे नाल। लेकिन वार्ड नंबर 30 दे लोगों का असी तय दिलों इन्ना इन्ना शुक्रिया अदा करते हैं कि असी अपनी सोच तो बढ़ के, क्यों वो लोग ने वो मुझ वो जमीरे दिल ने उन्हों का जमीर आ कि उन्होंने मैनू पहली बार अपोजिशन के बीच अजमाया, फिर रूलिंग दे फिर अज अपोजिशन अजमाया और उन्होंने का असी तय दिलों इन्ना शुक्रिया अदा करते हैं कि हद तो बढ़ के कि उन्होंने साड़ी तीसरी टर्म के सानू 745 वोटों के लोगों ने जिताया, जिथे कि मौजूदा सरकार की कैबिनेट उत्थी थी, कहन का मतलब उन्होंने PA होर चेयरमैन वगैरह वगैरह काफ़ी लोग थे पर वो लोगों ने एक सच नू अपनाया कि जेडे लोग हित दे काम कर। सानू 877 वोटा पई। हाँ बिल्कुल, असी ओही भरोसे के तहत अज लोगों नू कह रहे हैं असी इलैक्शन कदे लड़िए या ना लड़िए असी उन्होंने लिए 5 साल मौजूदा MC बतौर काम करांगे। ते हुण इह खबरां समाप्त करदे हां, धन्यवाद।